Good morning, Ludhiana. This is Tamanna Bedi. And this side, Navpreet Singh Bedi. So, roz di tarah ek var fir to maujood hai, like desh te duniya diya tamam ahem khabra. So, Navpreet, roz di tarah bulletin di shuruaat karde hain antarrashtriya khabar de naal. So, sab to pehli jehdi khabar assi padhan ja rahe hain, rozana spokesman de safa 10 te chhapi hai. So, khabar hai ki tana shah ne ditta hukm, sari billiyan te kabutar maar sutto. Ji haan, ek khabar hai, tana shah Kim Jong di gal ho rahi hai. North Korea de tana shah ne Kim Jong, unhan ne kiha hai ki jo corona ਮਹਾਮਾਰੀ ਹੈ ਇਹ ਚੀਨ ਤੋਂ ਸਾਰੀਆਂ ਬਿੱਲੀਆਂ ਤੇ ਕਬੂਤਰ ਲੈ ਕੇ ਆ ਰਹੇ ਨੇ ਬੇਹੱਦ ਹੀ ਹੈਰਾਨੀਜਨਕ ਇਹ ਜਿਹੜਾ ਹੁਕਮ ਜਾਰੀ ਕੀਤਾ ਉਹਨਾਂ ਨੇ ਹਾਲਾਂਕਿ ਕੋਰੀਆ ਦੇ ਨਾਗਰਿਕਾਂ ਨੇ ਇਸ ਹੁਕਮ ਨੂੰ ਬੇਹੱਦ ਹੀ ਤਰਕਪੂਰਨ ਦੱਸਿਆ ਵੈ ਲੇਕਿਨ ਤਾਨਾਸ਼ਾਹ ਦਾ ਇਹੀ ਕਹਿਣਾ ਹੈ ਕਿ ਸਾਰੀਆਂ ਬਿੱਲੀਆਂ ਤੇ ਕਬੂਤਰ ਮਾਰ ਸੁੱਟੋ ਕਿ ਨਾਗਰਿਕਾਂ ਦੀ ਹਫਾਜ਼ਤ ਦੇ ਲਈ ਸੁਰੱਖਿਆ ਦੇ ਲਈ ਇਹ ਕਦਮ ਉਹਨਾਂ ਨੇ ਆਪਣੇ ਵੱਲੋਂ ਸੋਚ ਕੇ ਚੁੱਕਿਆ ਕੀ ਕਹੋਗੇ ਨਾ ਬਿਲਕੁਲ ਤਮੰਨਾ ਕਾਫੀ ਕਈ ਵਾਰ ਹਾਸੋਹੀਣੀ ਸਥਿਤੀ ਵੀ ਬਣ ਜਾਂਦੀ ਹੈ ਸਪੈਸ਼ਲੀ ਜੇ ਆਪਾਂ ਨਾਰਥ ਕੋਰੀਆ ਦੀ ਗੱਲ ਕਰੀਏ ਉੱਤਰੀ ਕੋਰੀਆ ਦੀ ਤਾਂ ਇੱਥੇ ਤਾਨਾਸ਼ਾਹੀ ਆ ਜੇ ਡਿਕਟੇਟਰ ਹੈ ਨੇ ਉਹ ਹੁਣ 37 ਸਾਲਾਂ ਕਿਮ ਯੋਂਗ ਨੇ ਇਹਨਾਂ ਨੇ ਆਪਣੇ ਜਿਹੜੇ ਪਿਤਾ ਸਨ ਇਹਨਾਂ ਦੇ ਉਹਨਾਂ ਦੀ 2011 ਵਿੱਚ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਗੱਦੀ ਸੰਭਾਲੀ ਸੀ ਤੇ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਨਾਰਥ ਕੋਰੀਆ ਨੂੰ ਤਕਰੀਬਨ ਬਾਕੀ ਜੇ ਆਪਾਂ ਰੈਸਟ ਆਫ ਦਾ ਕੰਟਰੀਜ਼ ਆਫ ਦਾ ਵਰਲਡ ਦੀ ਗੱਲ ਕਰੀਏ ਤਾਂ ਦੂਜੇ ਦੇਸ਼ਾਂ ਤੋਂ ਇਹਨਾਂ ਨੇ ਆਪਣੇ ਆਪ ਨੂੰ ਕੱਟ ਕੇ ਅਲੱਗ ਜਿਹਾ ਕਰਕੇ ਰੱਖਿਆ ਤੇ ਹਰ ਵਾਰ ਇਹ ਕੋਈ ਨਵੀਂ ਗੱਲ ਇਹੋ ਜਿਹੀ ਕਰ ਦਿੰਦੇ ਨੇ ਜਿਹੜੀ ਕਿ ਆਮ ਦੁਨੀਆ ਦੇ ਨਾਲ ਸੋਸ਼ਲ ਲੈਵਲ ਤੇ ਮੈਚ ਨਹੀਂ ਖਾਂਦੀ ਹੁੰਦੀ ਸੋ ਐਤਕੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਕਬੂਤਰ ਤੇ ਬਿੱਲੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਮਾਰ ਸੁੱਟੋ ਕਿਉਂਕਿ ਕਬੂਤਰ ਉੱਡ ਕੇ ਨਾਲ ਦੇ ਪਾਸੇ ਇਹਨਾਂ ਦਾ ਜਿਹੜਾ ਗੁਆਂਢੀ ਮੁਲਕ ਹੈ ਉਹ ਚੀਨ ਹੈ ਤੇ ਚੀਨ 'ਚ ਕਬੂਤਰ ਉੱਡ ਕੇ ਜਾਂਦੇ ਨੇ ਤੇ ਬਿੱਲੀਆਂ ਵੀ ਕਈ ਵਾਰ ਬਾਰਡਰ ਪਾਰ ਕਰ ਜਾਂਦੀਆਂ ਨੇ ਤੇ ਬਿੱਲੀਆਂ ਤੇ ਕਬੂਤਰ ਚੀਨ ਵਾਲੇ ਪਾਸੇ ਜਾ ਕੇ ਉੱਥੋਂ ਦੀ ਕਰੋਨਾ ਵਾਇਰਸ ਲੈ ਕੇ ਆਉਂਦੇ ਆ ਸੋ ਜਿਹੜੇ ਨਾਰਥ ਕੋਰੀਆ ਦੇ ਰੈਜ਼ੀਡੈਂਟ ਨੇ ਨਾਗਰਿਕ ਨੇ ਉਹਨਾਂ ਨੇ ਵੀ ਇਸ ਸਥਿਤੀ ਨੂੰ ਬੜਾ ਅਜੀਬ ਜਿਹਾ ਦੱਸਿਆ ਤੇ ਉਹਨਾਂ ਨੇ ਵੀ ਕਿਹਾ ਕਿ ਬੜੀ ਇਹ ਅਲੱਗ ਜਿਹੀ ਸਥਿਤੀ ਲੱਗਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਡਿਕਟੇਟਰ ਕਹਿ ਰਹੇ ਆ ਕਿ ਜਿਹੜੀ ਬਿੱਲੀਆਂ ਨੇ ਤੇ ਕਬੂਤਰ ਨੇ ਉਹਨੂੰ ਮਾਰਿਆ ਜਾਵੇ ਲੇਕਿਨ ਆਫਟਰ ਆਲ ਜਿਹੜੀ ਡਿਕਟੇਟਰਸ਼ਿਪ ਹੁੰਦੀ ਹੈ ਤਾਨਾਸ਼ਾਹੀ ਹੁੰਦੀ ਆ ਉਹਦੇ ਵਿੱਚ ਨਾਗਰਿਕਾਂ ਦੇ ਕੋਲ ਕੋਈ ਜ਼ਿਆਦਾ ਤਮੰਨਾ ਹੱਕ ਨਹੀਂ ਹੁੰਦੇ ਤੇ ਉਹਨਾਂ ਨੂੰ ਆਪਣੇ ਰਾਜੇ ਦੀ ਤਾਨਾਸ਼ਾਹ ਦੀ ਗੱਲ ਮੰਨਣੀ ਹੀ ਪੈਂਦੀ ਹੈ ਜੀ ਸੋ ਅਗਲੀ ਖਬਰ ਦੇ ਵੱਲ ਰੁਕ ਕਰਦੇ ਹਾਂ ਅਜੀਤ ਤੇ ਪਹਿਲੇ ਸਫੇ ਤੇ ਛਪੀ ਹੈ ਰਿਜ਼ਰਵ ਬੈਂਕ ਦੇ ਵੱਲੋਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਜੀ ਹਾਂ ਦੱਸ ਦਈਏ ਕਿ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਹਾਲਾਤਾਂ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਇਹ ਫੈਸਲਾ ਕੀਤਾ ਹੈ ਕਿ ਵਿਆਜ ਦਰ ਜਿਹੜੇ ਨੇ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ਨੇ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਜਿਹੜਾ ਨਹੀਂ ਕੀਤਾ ਜਾਏਗਾ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਆਰਥਿਕਤਾ ਦੇ ਵਿੱਚ ਜੋ ਦੇਸ਼ ਦੀ ਆਰਥਿਕਤਾ ਦੇ ਵਿੱਚ ਇੱਕ ਠਹਿਰਾਵ ਜਿਹੜਾ ਮਹਿਸੂਸ ਕੀਤਾ ਗਿਆ ਉਸਨੂੰ ਦੇਖਿਆ ਗਿਆ ਉਸ ਦੇ ਮੱਦੇਨਜ਼ਰ ਚਾਲੂ ਮਾਲੀ ਸਾਲ 'ਚ ਵਿਕਾਸ ਦਰ ਦਾ ਅਨੁਮਾਨ ਜਿਹੜਾ 10.5% ਤੋਂ ਘਟਾ ਕੇ 9.5% ਜਿਹੜਾ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੋਟਲ ਉਦਯੋਗ ਨੂੰ ਵੀ 15,000 ਕਰੋੜ ਦਾ ਜਿਹੜਾ ਕਰਜ਼ਾ ਦਿੱਤਾ ਜਾਏਗਾ ਸੋ ਇਸ ਦੇ ਨਾਲ ਜੋ ਕੀ ਹੈ ਰਿਵਰਸ ਰੈਪੋ ਰੇਟ ਤੇ ਹੁਣ ਇਹ ਕਹਿ ਸਕਦੇ ਹਾਂ ਕਿ ਰੈਪੋ ਰੇਟ ਦੇ ਵਿੱਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਕੀ ਕਹੋ ਬਿਲਕੁਲ ਤਮੰਨਾ ਹੁਣ RBI ਨੇ ਕਿਹਾ ਕਿ ਉਹ 15,000 ਕਰੋੜ ਦੇ ਆਸ ਪਾਸ ਦਾ ਆਪਣੇ ਹੁਣ ਲੋਨ ਦੇਣਗੇ ਕਿਉਂਕਿ ਆਲਰੇਡੀ ਜਿਹੜੀ ਆਪਾਂ ਰੈਪੋ ਰੇਟ ਦੀ ਗੱਲ ਕਰੀਏ ਤੇ ਰਿਵਰਸ ਰੈਪੋ ਰੇਟ ਦੀ ਗੱਲ ਕਰੀਏ ਤਾਂ ਰੈਪੋ ਰੇਟ ਇਸ ਵਕਤ 4% ਦੇ ਆਸ ਪਾਸ ਹੈ ਤੇ ਰਿਵਰਸ ਰੈਪੋ ਰੇਟ 3.5% ਦੇ ਆਸ ਪਾਸ ਹੈ ਤੇ ਉੱਥੇ ਸਟੈਗਨੈਂਟ ਹੈ ਉੱਥੇ ਟਿਕੀ ਹੋਈ ਹੈ ਤੇ RBI ਨੇ ਕਿਹਾ ਕਿ ਜਿਹੜੀ ਹੋਟਲ ਇੰਡਸਟਰੀ ਹੈ ਸੈਰ ਸਪਾਟਾ ਹੋ ਗਿਆ ਹੋਟਲ ਉਦਯੋਗ ਹੋ ਗਿਆ ਟੂਰਿਜ਼ਮ ਹੋ ਗਈ ਸਾਰੀ ਈਵਨ ਕੋਈ ਸਪਾ ਹੋ ਗਏ ਸਲੂਨਸ ਹੋ ਗਏ ਜਿਹੜੇ ਵੀ ਇਹੋ ਜਿਹੇ ਟੂਰਿਜ਼ਮ ਦੇ ਰਿਗੈਟਡ ਜਿਹੜੇ ਕੰਮ ਹੈਗੇ ਨੇ ਸਾਰੇ ਰਿਲੇਟਡ ਕੰਮਾਂ ਨੂੰ ਹੁਣ ਤਕਰੀਬਨ ਟੋਟਲ ਕਰਕੇ 15,000 ਕਰੋੜ ਤੱਕ ਦਾ ਸਾਰੇ ਬੈਂਕਾਂ ਵੱਲੋਂ ਕਰਜ਼ਾ ਦਿੱਤਾ ਜਾਊਗਾ ਕਿਉਂਕਿ ਕੋਵਿਡ-19 ਕਰਕੇ ਪਿਛਲੇ 1.5 ਸਾਲ ਤੋਂ ਚਾਹੇ ਆਪਾਂ ਇੰਟਰਸਟ ਦੀ ਗੱਲ ਕਰੀਏ ਜਿਹੜਾ ਆਪਣੇ ਬੈਂਕ ਵਿੱਚ ਆਪਾਂ ਨੂੰ ਪੈਸਿਆਂ 'ਤੇ ਮਿਲਦਾ ਚਾਹੇ ਸੇਵਿੰਗ ਅਕਾਊਂਟ ਦਾ ਬਚਤ ਖਾਤੇ ਦਾ ਇੰਟਰਸਟ ਹੋਵੇ ਜਾਂ ਜਿਹੜਾ ਲੋਨ ਵੀ ਹੁੰਦਾ ਵਾ ਤੇ ਉਹ ਵੀ ਆਪਣੇ ਦੋਨੋਂ ਜਿਹੜੀ ਚੀਜ਼ਾਂ ਨੇ ਆਪਣੇ ਇਸ ਵਕਤ ਬਿਲਕੁਲ ਨਿਊਨਤਮ ਮਿਨੀਮਮ 'ਤੇ ਚੱਲ ਰਹੀਆਂ ਨੇ ਅਤੇ ਜਿਹੜਾ ਸੇਵਿੰਗ ਬੈਂਕ 'ਤੇ ਆਪਣੇ ਇੰਟਰਸਟ ਉਹ ਵੀ ਬਹੁਤ ਘੱਟ ਮਿਲ ਰਿਹਾ ਅਤੇ ਜਿਹੜਾ ਲੋਨ ਹੈ ਉਹ ਵੀ ਘੱਟ ਵਿਆਜ ਦਰਾਂ 'ਤੇ ਇੰਟਰਸਟ ਰੇਟ 'ਤੇ ਮਿਲ ਰਿਹਾ
ਸੋ ਕਾਫੀ ਜ਼ਿਆਦਾ ਪਿਛਲੇ ਡੇਢ ਸਾਲ ਤੋਂ ਸਟੈਗਨੇਸ਼ਨ ਆਈ ਹੋਈ ਹੈ। ਸੋ ਉਹਨੂੰ ਲੈ ਕੇ ਹੁਣ ਆਰ ਬੀ ਆਈ ਨੇ ਕਿਹਾ ਕਿ 15,000 ਕਰੋੜ ਰੁਪਏ ਇੱਕ ਅਲੱਗ ਪਾਸੇ ਰੱਖਿਆ ਗਿਆ ਅਤੇ ਉਹਨੇ ਕਿਹਾ ਕਿ ਇਹਦੇ ਵਿੱਚ ਜਿੰਨੀ ਵੀ ਸੈਰ ਸਪਾਟਾ ਅਤੇ ਟੂਰਿਜ਼ਮ ਇੰਡਸਟਰੀ ਹੈਗੀ, ਹੋਟਲ ਇੰਡਸਟਰੀ ਹੈ, ਉਹਨੂੰ ਦੁਬਾਰਾ ਰੀਬੂਟ ਹੋਣ ਵਾਸਤੇ ਹੁਣ ਆਰ ਬੀ ਆਈ ਵੱਲੋਂ ਮਦਦ ਦਿੱਤੀ ਜਾਊਗੀ ਜੀ। ਸੋ ਅਗਲੀ ਖਬਰ ਹੈ ਰੋਜ਼ਾਨਾ ਸਪੋਕਸਮੈਨ ਦੇ ਸਫ਼ਾ 2 'ਤੇ ਛਪੀ ਹੈ। ਸੋ ਜਿਸ ਤਰ੍ਹਾਂ ਕਿ ਸਭ ਜਾਣਦੇ ਕਿ ਜੂਹੀ ਚਾਵਲਾ ਬਾਲੀਵੁੱਡ ਐਕਟਰਸ, ਉਹਨਾਂ ਦੇ ਵੱਲੋਂ 5G ਦੇ ਅਗੇਂਸਟ ਇੱਕ ਪਟੀਸ਼ਨ ਦਿੱਤੀ ਗਈ ਸੀ। ਸੋ 5G ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਉਹਨਾਂ ਦੇ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਅਤੇ ਹਾਲਾਂਕਿ ਸਿਰਫ ਖਾਰਿਜ ਹੀ ਨਹੀਂ ਕੀਤਾ ਗਿਆ, ਜੂਹੀ ਚਾਵਲਾ 'ਤੇ ਇਸ ਪਟੀਸ਼ਨ ਨੂੰ ਦਾਇਰ ਕਰਨ ਦੇ ਲਈ ਉਹਨਾਂ ਨੇ ਉਹਨਾਂ ਨੂੰ ਜੁਰਮਾਨਾ ਵੀ ਲਗਾਇਆ ਅਤੇ ਨਫ਼ਰਤ 20 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕਿ ਦੱਸਦੀ ਹੈ ਦਿੱਲੀ ਹਾਈ ਕੋਰਟ ਨੇ ਲਗਾਇਆ। ਔਰ ਦਿੱਲੀ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਹਾਈ ਕੋਰਟ ਤੱਕ ਆਉਣ ਤੋਂ ਪਹਿਲਾਂ ਕਿ ਸਰਕਾਰਾਂ ਦੇ ਨਾਲ ਵਿਚਾਰ ਕੀਤਾ ਸੀ, ਸਰਕਾਰਾਂ ਤੱਕ ਪਹੁੰਚ ਕੀਤੀ ਸੀ ਕਿ ਇਸ ਮਸਲੇ 'ਤੇ ਕੋਈ ਵਿਚਾਰ ਕੀਤਾ ਗਿਆ ਸੀ। ਪਟੀਸ਼ਨ ਵਿੱਚ ਜੂਹੀ ਚਾਵਲਾ ਨੇ ਦਲੀਲ ਦਿੱਤੀ ਸੀ, ਦੱਸਦੀ ਹੈ ਕਿ 5G ਤਕਨੀਕ ਦੇ ਨਾਲ ਨਾਗਰਿਕਾਂ, ਜਾਨਵਰਾਂ ਅਤੇ ਦਰੱਖਤਾਂ ਨੂੰ ਬੇਹੱਦ ਨੁਕਸਾਨ ਹੋਣ ਵਾਲਾ ਅਤੇ ਧਰਤੀ 'ਤੇ ਅਜਿਹਾ ਕੋਈ ਵੀ ਵਿਅਕਤੀ ਨਹੀਂ ਹੈ ਜੋ ਕਿ ਸਾਲ ਦੇ 365 ਦਿਨ ਇਸ ਹਾਰਮਫੁਲ ਰੇਡੀਏਸ਼ਨ ਤੋਂ ਬਚ ਸਕੇ। ਕੀ ਕਹੋ? ਬਿਲਕੁਲ ਤਮੰਨਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੂਹੀ ਚਾਵਲਾ ਨੇ ਕੁਝ ਚੰਗਾ ਸੋਚਿਆ ਸੀਗਾ, ਕੋਸ਼ਿਸ਼ ਕੀਤੀ ਸੀਗੀ ਕਿ ਕੁਝ ਚੰਗਾ ਸੋਚ ਕੇ ਉਸ ਸੋਚ ਨੂੰ ਨੇਪਰੇ ਚਾੜਿਆ ਜਾਵੇ, ਜਿਸ ਦੇ ਤਹਿਤ ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਸੋਮਵਾਰ ਨੂੰ ਪਟੀਸ਼ਨ ਦਾਖਲ ਕੀਤੀ ਸੀ ਕਿ ਜਿਹੜੀ ਹੁਣ ਵਾਇਰਲੈਸ 5G ਜਿਹੜੀ ਟੈਕਨੀਕ ਆ ਰਹੀ ਹੈ, ਇਹਦੀ ਰੇਡੀਏਸ਼ਨਸ ਨੇ ਜਿਹੜੀਆਂ, ਇਹ ਭਾਵੇਂ ਹਿਊਮਨ ਬੀਂਗਸ ਹੈ, ਇਨਸਾਨ ਹੈ, ਚਾਹੇ ਦਰਖਤ ਨੇ, ਜਾਨਵਰ ਨੇ ਅਤੇ ਫਲੋਰਾ ਫੋਨਾ ਅਤੇ ਹਿਊਮਨ ਬੀਂਗਸ, ਹਰ ਚੀਜ਼ ਨੂੰ ਇਹ ਇੰਪੈਕਟ ਕਰੂਗੀ। ਸਾਲ ਦੇ 365 ਦਿਨ ਵਿੱਚੋਂ ਕੋਈ ਦਿਨ ਅਜਿਹਾ ਨਹੀਂ ਹੋਊਗਾ ਜਦੋਂ ਇਹਦੀ ਰੇਡੀਏਸ਼ਨ ਦੀ ਮਾਰ ਆਪਣੇ ਹਿਊਮਨ ਬੀਂਗਸ 'ਤੇ ਜਾਂ ਹੈ ਨਾ ਫਲੋਰਾ ਫੋਨਾ 'ਤੇ ਨਹੀਂ ਪਊਗੀ, ਦਰਖਤਾਂ ਅਤੇ ਜਾਨਵਰਾਂ 'ਤੇ। ਸੋ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ, ਲੇਕਿਨ ਦਿੱਲੀ ਹਾਈ ਕੋਰਟ ਨੇ ਪਟੀਸ਼ਨ ਖਾਰਜ ਕੀਤੀ ਹੈ, ਨਾਲ ਦੇ ਨਾਲ 20 ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ। ਉਹਨਾਂ ਨੇ ਕਿਹਾ ਕਿ ਜੂਹੀ ਚਾਵਲਾ ਇੱਕ ਸੈਲੀਬ੍ਰਿਟੀ ਹੈ, ਐਕਟਰੈਸ ਰਹੀ ਨਹੀਂ ਆਪਣੇ ਬਾਲੀਵੁੱਡ ਦੇ ਵਿੱਚ, ਅਤੇ ਹੁਣ ਉਹਨਾਂ ਨੇ ਇਹ ਪਬਲਿਸਿਟੀ ਸਟੰਟ ਕੀਤਾ। ਸੋ ਹਾਈ ਕੋਰਟ ਨੇ ਇੱਕ ਫਟਕਾਰ ਲਗਾਈ ਹੈ ਕਿ ਤੁਸੀਂ ਐਜ਼ ਅ ਸੈਲੀਬ੍ਰਿਟੀ ਇੱਕ ਪਬਲਿਸਿਟੀ ਸਟੰਟ ਕਰ ਰਹੇ ਹੋ ਲੋਕਾਂ ਦੇ ਦੁਆਰਾ ਨਜ਼ਰ ਦੇ ਵਿੱਚ ਆਉਣ ਵਾਸਤੇ, ਸੋ ਉਹਨੂੰ ਲੈ ਕੇ 20 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ। ਨਾਲ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਤੁਸੀਂ ਸਾਡੇ ਕੋਲ ਕੰਪਲੇਂਟ ਫਾਈਲ ਕਰਨ ਤੋਂ ਪਹਿਲਾਂ, ਪਟੀਸ਼ਨ ਦਾਖਲ ਕਰਨ ਤੋਂ ਪਹਿਲਾਂ, ਕਿ ਆਪ ਸਰਕਾਰੀ ਦਰਬਾਰੇ ਅਪਰੋਚ ਕਰਕੇ ਪਹੁੰਚ ਕਰਕੇ ਕਿਸੇ ਗੱਲਬਾਤ ਕੀਤੀ ਸੀ, ਅਤੇ ਜੇ ਨਹੀਂ ਕੀਤੀ ਸੀ ਤਾਂ ਤੁਸੀਂ ਇਹ ਸਰਾਸਰ ਇੱਕ ਪਬਲਿਸਿਟੀ ਸਟੰਟ ਕਰ ਰਹੇ ਹੋ। ਜੀ ਬਿਲਕੁਲ। ਸੋ ਅਗਲੀ ਖਬਰ ਹੈ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ। ਪੰਜਾਬ ਸਰਕਾਰ ਦੇ ਵੱਲੋਂ ਨਿੱਜੀ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਨੇ। ਜੀ ਹਾਂ, ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਜਿਸ ਤਹਿਤ ਕਿ ਹੁਣ ਨਿੱਜੀ ਹਸਪਤਾਲਾਂ ਨੂੰ ਜੋ ਵੀ ਖੁਰਾਕਾਂ ਕੋਵਿਡ ਵੈਕਸੀਨ ਦੀਆਂ ਦਿੱਤੀਆਂ ਗਈਆਂ ਸੀ ਉਸ ਨੂੰ ਜਲਦ ਹੀ ਵਾਪਸ ਲੈ ਜਾਣ ਦੇ ਨਿਰਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ। ਅਤੇ ਹੁਣ ਦੱਸਦੀ ਹੈ ਕਿ ਇਹ ਵੈਕਸੀਨ ਜਿਹੜੀ ਹੈ ਸਰਕਾਰੀ ਹਸਪਤਾਲਾਂ ਨੂੰ ਦਿੱਤੀ ਜਾਵੇਗੀ ਅਤੇ ਉੱਥੇ ਜੋ ਕਿ ਲੋਕ ਨੇ ਇਹ ਵੈਕਸੀਨ ਨੂੰ ਮੁਫ਼ਤ ਲਗਵਾ ਸਕਣਗੇ। ਕੀ ਕਹੋ? ਬਿਲਕੁਲ ਤਮੰਨਾ, ਹੁਣ ਜਿਹੜੀ ਇਹ ਵੈਕਸੀਨ ਹੈਗੀ ਹੈ, ਕਿਉਂਕਿ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਆ ਬਲਬੀਰ ਸਿੰਘ ਸਿੱਧੂ, ਉਹਨਾਂ ਨੇ ਸਾਫ਼ ਕਿਹਾ ਕਿ 42,000 ਦੇ ਕਰੀਬ ਜਿਹੜੀ ਡੋਜ਼ਾਂ ਨੇ ਵੈਕਸੀਨੇਸ਼ਨ ਦੀਆਂ ਉਹ ਨਿੱਜੀ ਹਸਪਤਾਲਾਂ ਨੂੰ ਦਿੱਤੀਆਂ ਗਈਆਂ ਸਨ, ਲੇਕਿਨ ਤੁਸੀਂ ਹੈਰਾਨ ਹੋ ਜਾਓਗੇ ਕਿ ਸਿਰਫ 600 ਜਿਹੜੀਆਂ ਵੈਕਸੀਨੇਸ਼ਨ ਨੇ ਡੋਜ਼ ਨੇ ਉਹੀ ਲੱਗੀਆਂ ਨੇ 42,000 ਦੇ ਵਿੱਚੋਂ। ਇਸ ਕਰਕੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਸਾਰੇ ਦੇ ਸਾਰੇ ਜਿਹੜੇ ਨਿੱਜੀ ਹਸਪਤਾਲ ਨੇ ਉਹਨਾਂ ਦੇ ਕੋਲੋਂ ਵੈਕਸੀਨੇਸ਼ਨ ਸਰਕਾਰ ਵਾਪਸ ਲਊਗੀ। ਜੇ ਕਿਸੇ ਨੇ ਕੋਈ ਪੈਸੇ ਵਗੈਰਾ ਜਾਂ ਪੇਮੈਂਟ ਵਗੈਰਾ ਵੀ ਜਮ੍ਹਾਂ ਕਰਵਾਈ ਹੈ ਉਹ ਵੀ ਹੁਣ ਵਾਪਸ ਕਰ ਦਿੱਤੀ ਜਾਊਗੀ, ਅਤੇ ਹੁਣ ਜਿੰਨੀ ਵੀ ਅੱਗੇ ਆਉਣ ਵਾਲੀਆਂ ਚਾਹੇ 18 ਤੋਂ ਲੈ ਕੇ 44 18 ਤੋਂ ਲੈ ਕੇ 44 ਸਾਲ ਤੱਕ ਦੇ ਜਿਹੜਾ ਏਜ ਗਰੁੱਪ ਹੈਗਾ, ਵਰਗ ਹੈ ਸਮਾਜ ਦਾ, ਜੇ ਉਹਨੇ ਹੁਣ ਵੈਕਸੀਨੇਸ਼ਨ ਲਗਵਾਉਣੀਆਂ ਵੀ ਨੇ, ਚਾਹੇ ਪਹਿਲੀ ਡੋਜ਼ ਹੈ ਦੂਜੀ ਡੋਜ਼ ਹੈ, ਤਾਂ ਉਹ ਹੁਣ ਜਿਹੜੇ ਸਰਕਾਰੀ ਕੇਂਦਰ ਨੇ ਵੈਕਸੀਨੇਸ਼ਨ ਦੇ ਬਣੇ ਹੋਏ ਜਾਂ ਸਰਕਾਰੀ ਹਸਪਤਾਲ ਨੇ ਉੱਥੇ ਆ ਕੇ ਹੁਣ ਮੁਫ਼ਤ ਵਿੱਚ ਲਗਵਾ ਸਕਦੇ ਆ। ਜੀ ਬਿਲਕੁਲ। ਸੋ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਅੱਜ ਜਿਹੜੇ ਲੋਕਾਂ ਨੇ ਵੈਕਸੀਨੇਸ਼ਨ ਲਗਵਾਉਣੀ, ਕਿਤੇ ਨਾ ਕਿਤੇ ਉਹਨਾਂ ਦੇ ਲਈ ਸਥਿਤੀ ਜਿਹੜੀ ਸਮੰਜਸ 'ਚ ਬਣੀ ਰਹੇਗੀ। ਸੋ ਅਗਲੀ ਖਬਰ ਦੇ ਵੱਲ ਰੁੱਖ ਕਰਦੇ ਹਾਂ। ਪੰਜਾਬੀ ਟ੍ਰਿਬਿਊਨ ਦੇ ਸਫ਼ਾ 3 'ਤੇ ਛਪੀ ਹੈ। ਸੋ ਜੂਨ 1984 ਨੂੰ ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੀ ਆਰੰਭਤਾ ਜਿਹੜੀ ਹੈ ਹੋ ਚੁੱਕੀ ਹੈ। ਸ਼ਹੀਦਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਪਾਠ ਜਿਹੜੇ ਆਰੰਭ ਹੋ ਚੁੱਕੇ ਅਤੇ ਇਹਨਾਂ ਦਾ
ਦਾ ਭੋਗ ਕੱਲ ਯਾਨੀ ਕਿ 6 ਤਰੀਕ ਨੂੰ ਪਾਇਆ ਜਾਏਗਾ। ਕੀ ਕਹੋ? ਬਿਲਕੁਲ ਤਮੰਨਾ, ਬੀਤੇ ਕੱਲ ਯਾਨੀ ਕਿ 4 ਜੂਨ ਨੂੰ ਸਵੇਰੇ ਅਰਦਾਸ ਕਰਕੇ ਅਖੰਡ ਪਾਠ ਸਾਹਿਬ ਦੇ ਜਿਹੜੇ ਪਾਠ ਨੇ ਆਰੰਭ ਕਰ ਦਿੱਤੇ ਗਏ ਸਨ, ਤੇ ਆਉਣ ਵਾਲੇ ਕੱਲ ਯਾਨੀ ਕਿ 6 ਤਰੀਕ ਨੂੰ ਹੁਣ ਭੋਗ ਪਾਏ ਜਾਣਗੇ, ਕਿਉਂਕਿ 6 ਜੂਨ ਨੂੰ ਸ਼ਹੀਦੀ ਸਮਾਗਮ ਹੁੰਦਾ ਹੈ। ਇਹ 6 ਜੂਨ ਉਹ ਦਿਨ ਹੈ ਤਮੰਨਾ ਜਿਸ ਦਿਨ ਘੱਲੂਘਾਰਾ ਹੋਇਆ ਸੀਗਾ, ਜਿਸ ਦਿਨ ਫੌਜ ਨੇ ਗੋਲੀਆਂ ਮਾਰ ਕੇ ਆਪਣੇ ਲੋਕਾਂ ਨੂੰ ਸ਼ਹੀਦ ਕੀਤਾ ਸੀਗਾ ਉੱਥੇ। ਤੇ ਇਹ ਸਾਕਾ ਨੀਲਾ ਧਾਰਾ, ਇਹ ਜਿਹੜਾ ਘੱਲੂਘਾਰਾ, ਇਹ ਆਪਣੇ ਸਿੱਖ ਸਮਾਜ ਵਾਸਤੇ ਨਾ ਭੁੱਲਣ ਯੋਗ ਇਹ ਚੀਜ਼ ਹੈ ਇਹ। ਸੋ ਉਹਨੂੰ ਲੈ ਕੇ ਹੁਣ 6 ਜੂਨ ਤੱਕ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜੇ ਵੀ ਉਸ ਵਕਤ ਜਦੋਂ 1984 ਵਿੱਚ ਜੂਨ ਵਿੱਚ ਘੱਲੂਘਾਰਾ ਹੋਇਆ ਸੀਗਾ ਸਾਕਾ ਨੀਲਾ ਧਾਰਾ, ਉਸ ਵਕਤ ਜੋ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਸਨ, ਜਿਹੜੇ ਜ਼ਖਮੀ ਹੋਏ ਸਨ ਗੋਲੀਆਂ ਲੱਗਣ ਨਾਲ, ਉਹਨਾਂ ਨੂੰ ਵੀ 3 ਜੂਨ 4 ਜੂਨ 5 ਜੂਨ ਵਾਸਤੇ 3 ਦਿਨਾਂ ਵਾਸਤੇ ਜਿਹੜੇ ਆਮ ਨਾਗਰਿਕ ਨੇ, ਆਮ ਜਿਹੜੇ ਲੋਕ ਨੇ, ਉਹਨਾਂ ਦੇ ਵਾਸਤੇ ਦਰਸ਼ਨਾਂ ਹੇਤੂ ਰੱਖੇ ਗਏ ਸਨ, ਤਾਂ ਕਿ ਲੋਕ ਉਹ ਜਿਹੜੇ ਸਰੂਪ ਨੇ, ਜ਼ਖਮੀ ਸਰੂਪ ਉਹ ਦੇਖ ਸਕਣ, ਕਿਉਂਕਿ ਉਹ ਸਰੂਪ ਉਸ ਵਕਤ ਜਿਹੜੇ ਆਪਣੇ ਸ਼੍ਰੀ ਆਪਣੇ ਦਰਬਾਰ ਸਾਹਿਬ ਉਹਦੇ ਵਿੱਚ ਸੁਸ਼ੋਭਿਤ ਹੋਏ ਹੋਏ ਸਨ। ਸੋ ਕਿਤੇ ਨਾ ਕਿਤੇ ਆਪਣੇ ਤਮੰਨਾ ਦੀ ਗੱਲ ਕਰੀਏ ਤਾਂ ਸਿੱਖ ਸਮਾਜ ਦਾ ਜੋ ਇਹ ਜੂਨ ਦਾ ਪਹਿਲਾ ਹਫ਼ਤਾ ਕਿਤੇ ਨਾ ਕਿਤੇ ਦਿਲਾਂ ਨੂੰ ਜ਼ਰੂਰ ਛੂੰਹਦਾ ਹੈ। ਜੀ ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਲੁਧਿਆਣਾ ਅਜੀਤ ਤੇ ਸਫ਼ਾ 5 ਤੇ ਛਪੀ ਹੈ। ਸੋ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੋ ਮਾਮਲਾ ਹੈ ਕਿ ਬਰਸਾਤ ਪਈ, ਜਿਸ ਕਰਕੇ ਸੜਕਾਂ ਜੜੀਆਂ ਨੇ ਉਹ ਧੱਸ ਗਈਆਂ, ਉਸਦੇ ਕਾਰਨ ਵਾਹਨ ਉਸਦੇ ਵਿੱਚ ਜਿਹੜੇ ਰਾਹਗੀਰ ਚੱਲ ਰਹੇ ਸੀ, ਵਾਹਨ ਜਿਹੜੇ ਫਸ ਗਏ। ਹਾਲਾਂਕਿ ਨਫ਼ਰਿਤ ਰਾਹਤ ਦੀ ਗੱਲ ਇਹ ਰਹੀ, ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਰੇਖੀ ਸਿਨੇਮਾ ਚੌਂਕ ਤੋਂ ਦੱਸਦੀ ਹੈ ਘੰਟਾ ਘਰ ਚੌਂਕ ਤੱਕ ਜੋ ਪੁੱਟੀ ਸੜਕ ਸੀ ਉਹਦੇ ਵਿੱਚ ਕਾਫ਼ੀ ਵਾਹਨ ਫਸ ਗਏ, ਅਤੇ ਜਿਸ ਨੂੰ ਹੁਣ ਟਰੈਕਟਰ ਦੀ ਮਦਦ ਦੇ ਨਾਲ ਜੋ ਕੀ ਹੈ ਬਾਹਰ ਵੀ ਕੱਢਿਆ ਗਿਆ। ਕਾਫ਼ੀ ਪਰੇਸ਼ਾਨੀਆਂ ਦੇ ਸਾਹਮਣਾ ਕਰਨਾ ਪਿਆ ਰਾਹਗੀਰਾਂ ਨੂੰ। ਬਿਲਕੁਲ ਤਮੰਨਾ, ਬੀਤੇ ਦਿਨੀ ਸਵੇਰੇ ਜਦੋਂ ਕਾਫ਼ੀ ਜਦੋਂ ਮੌਨਸੂਨ ਹੋਇਆ, ਇਸ ਤਰ੍ਹਾਂ ਪਹਿਲੀ ਬਾਰਿਸ਼ ਹੋਈ ਹੈ ਮੌਨਸੂਨ ਦੀ, ਜੋ ਥੋੜ੍ਹੀ ਜਿਹੀ ਭਾਰੀ ਹੋਈ ਹੈ ਅਤੇ ਕਾਫ਼ੀ ਜ਼ਿਆਦਾ ਮੀਂਹ ਪਿਆ, ਲੇਕਿਨ ਲੁਧਿਆਣੇ ਸ਼ਹਿਰ ਦਾ ਜਿਹੜਾ ਹਾਲ ਹੈ ਉਹ ਬਿਲਕੁਲ ਹੀ ਬਦਹਾਲ ਹੋ ਗਿਆ ਸੀਗਾ। ਚਾਹੇ ਤੁਸੀਂ ਗੱਲ ਕਰੋ ਜਿਹੜੀ ਪੱਖੋਵਾਲ ਰੋਡ ਆ, ਜਿੱਥੇ ਰੇਲਵੇ ਓਵਰ ਬ੍ਰਿਜ ਅਤੇ ਰੇਲਵੇ ਅੰਡਰ ਬ੍ਰਿਜ ਬਣ ਰਿਹਾ, ਇਹ ਘੱਟੋ ਘੱਟ 1.5 ਕਿਲੋਮੀਟਰ ਦੀ ਜਿਹੜੀ ਵਾਟ ਹੈਗੀ ਹੈ, ਇੱਥੇ ਸਾਰੇ ਪਾਸੇ ਚਿੱਕੜ ਚਿੱਕੜ ਹੋ ਗਿਆ ਸੀ, ਗਾਰਾ ਬਣ ਗਿਆ ਸੀਗਾ, ਜਿਹੜੇ ਆਪਣੇ ਤੁਰਨ ਵਾਲੇ ਪੈਦਲ ਵਿਅਕਤੀ ਸਨ ਜਾਂ ਸਾਈਕਲਾਂ ਵਾਲੇ ਵੀ ਸਨ, ਉਹ ਵੀ ਫਿਸਲੇ ਨੇ, ਉਹ ਵੀ ਤਿਲਕੇ ਡਿੱਗੇ ਹੈ। ਜੇ ਆਪਾਂ ਗੱਲ ਕਰੀਏ ਟਰਾਂਸਪੋਰਟ ਨਗਰ ਦੀ, ਤਾਂ ਉੱਥੇ ਵੀ ਕਾਫ਼ੀ ਜ਼ਿਆਦਾ ਜਿਹੜਾ ਪਾਣੀ ਖੜ ਗਿਆ ਸੀਗਾ, ਤਾਂ ਹੀ ਜਿਹੜੇ ਟਰਾਂਸਪੋਰਟ ਨਗਰ ਦੇ ਜਿਹੜੇ ਲੋਕ ਨੇ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸ਼ਨੀਵਾਰ ਨੂੰ ਲੋਕਡਾਊਨ ਸਾਡੇ ਵਾਸਤੇ ਖੋਲ੍ਹਿਆ ਜਾਵੇ, ਕਿਉਂਕਿ ਕਾਫ਼ੀ ਫਲ ਫਰੂਟ ਸਬਜ਼ੀਆਂ ਜਿਹੜੀਆਂ ਨੇ ਪਈਆਂ ਹੋਈਆਂ ਕਿਤੇ ਖਰਾਬ ਨਾ ਹੋ ਜਾਣ। ਅਤੇ ਜੇ ਆਪਾਂ ਸ਼ਹਿਰ ਦੇ ਹਾਰਟ ਦੀ ਦਿਲ ਦੀ ਗੱਲ ਕਰੀਏ, ਤਾਂ ਘੰਟਾ ਘਰ ਚੌਂਕ ਤੋਂ ਲੈ ਕੇ ਜਿਹੜੀ ਰੇਖੀ ਸਿਨੇਮਾ ਰੋਡ ਹੈਗੀ ਹੈ, ਉਹ ਜਿੰਨੀ ਕੁ ਵਾਟ ਹੈ ਤਮੰਨਾ, ਉੱਥੇ ਵੀ ਸਟੋਰਮ ਸੀਵਰੇਜ ਪੈ ਰਹੇ ਸੀਗੇ, ਜਿਹਦੇ ਕਰਕੇ ਪਟਾਈ ਕੀਤੀ ਗਈ ਸੀਗੀ, ਲੇਕਿਨ ਇੰਨਾ ਜ਼ਿਆਦਾ ਬਾਰਿਸ਼ ਮੀਂਹ ਪੈਣ ਕਰਕੇ ਉੱਥੇ ਵੀ ਕਾਫ਼ੀ ਜ਼ਿਆਦਾ ਗਾਰਾ ਤਾਂ ਹੋਇਆ ਹੀ ਹੋਇਆ, ਅਤੇ ਤੁਸੀਂ ਹੈਰਾਨ ਹੋ ਜਾਓਗੇ ਕਈ ਲੋਕਾਂ ਦੀਆਂ ਮਹਿੰਗੀਆਂ ਗੱਡੀਆਂ ਵੀ ਉੱਥੇ ਫਸੀਆਂ ਨੇ, ਟੇਢੀਆਂ ਮੇਢੀਆਂ ਹੋ ਗਈਆਂ ਸਨ, ਥੱਲੋਂ ਲੱਗ ਗਈਆਂ ਸਨ, ਖਰਾਬ ਹੋ ਗਈਆਂ ਸਨ। ਸੋ ਕਿਤੇ ਨਾ ਕਿਤੇ ਹਜੇ ਪਹਿਲੇ ਮੌਨਸੂਨ ਨੇ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਦਾ ਮੰਦਹਾਲ ਕਰਕੇ ਕਿਤੇ ਨਾ ਕਿਤੇ ਜਿਹੜੀ ਲੁਧਿਆਣੇ ਦੀ ਮਿਊਂਸੀਪਲ ਕਾਰਪੋਰੇਸ਼ਨ ਹੈ ਉਹਦੀ ਪੋਲ ਖੋਲ ਦਿੱਤੀ ਹੈ। ਜੀ ਬਿਲਕੁਲ, ਕਿਤੇ ਨਾ ਕਿਤੇ ਸਮਾਰਟ ਸਿਟੀ ਹੋਣ ਦੇ ਇਸ ਰੁਤਬੇ 'ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਸੋ ਰੋਜ਼ ਦੀ ਤਰ੍ਹਾਂ ਬੁਲੇਟਿਨ ਦੇ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਕੋਰੋਨਾ ਮਹਾਮਾਰੀ ਦੀ ਸਥਿਤੀ ਕੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ। ਸੋ ਦੱਸ ਦਈਏ ਕਿ ਬੀਤੇ ਦਿਨੀ 239 ਪੋਜ਼ਿਟਿਵ ਨਵੇਂ ਮਾਮਲੇ ਜਿਹੜੇ ਆ ਸਾਹਮਣੇ ਦੇਖਣ ਨੂੰ ਮਿਲੇ ਨੇ, ਅਤੇ ਕੋਰੋਨਾ ਕਾਰਨ ਜਿਹੜੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਗਿਣਤੀ 8 ਦੱਸੀ ਜਾ ਰਹੀ ਹੈ। ਲੁਧਿਆਣਾ ਜ਼ਿਲ੍ਹੇ 'ਚੋਂ 8 ਲੋਕਾਂ ਦੀ ਕੋਰੋਨਾ ਮਹਾਂਮਾਰੀ ਕਰਕੇ ਮੌਤ ਹੋ ਚੁੱਕੀ ਹੈ, ਉੱਥੇ ਹੀ ਜੋ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ ਉਹਨਾਂ ਦੀ ਗਿਣਤੀ ਦੱਸ ਦਈਏ 453 ਦੱਸੀ ਜਾ ਰਹੀ ਹੈ। 453 ਮਰੀਜ਼ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹੈ, ਚਾਹੇ ਉਹ ਹਸਪਤਾਲ ਚਾਹੇ ਉਹ ਹੋਮ ਆਈਸੋਲੇਸ਼ਨ ਦੇ ਵਿੱਚ ਸੀਗੇ, ਉਹ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਚੁੱਕੇ ਨੇ। ਅਤੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਅੱਜ ਨਵਪ੍ਰੀਤ ਜੋ ਕਿ ਹੈ ਹਸਪਤਾਲਾਂ ਦੇ ਵਿੱਚ, ਨਿੱਜੀ ਹਸਪਤਾਲਾਂ ਦੇ ਵਿੱਚ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਸਥਿਤੀ ਜਿਹੜੀ ਅਸਮੰਜਸ 'ਚ ਬਣੀ ਹੋਈ। ਆਪਾਂ ਪਹਿਲਾਂ ਵੀ ਦੱਸਿਆ ਵਾ ਜਿਸ ਤਰ੍ਹਾਂ, ਕਿਉਂਕਿ ਨਿੱਜੀ ਹਸਪਤਾਲਾਂ ਤੋਂ ਵੈਕਸੀਨ ਜਿਹੜੀ ਹੈ ਉਹ ਸਰਕਾਰ ਨੇ ਵਾਪਸ ਲੈਣ ਦੇ ਆਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ। 18 ਤੋਂ 44 ਸਾਲ ਦੇ ਲੋਕਾਂ ਦੇ ਲਈ ਵੈਕਸੀਨ ਨੂੰ ਤੁਰੰਤ ਵਾਪਸ ਮੰਗਵਾਇਆ ਗਿਆ ਸਰਕਾਰ ਦੇ ਵੱਲੋਂ। ਸੋ ਰੋਜ਼ ਦੀ ਤਰ੍ਹਾਂ ਬੁਲੇਟਿਨ ਦੇ ਅਖੀਰ ਵਿੱਚ ਅਸੀਂ ਤੁਹਾਨੂੰ ਇਹੀ ਅਪੀਲ ਕਰਦੇ ਹਾਂ, ਹਰ ਵਾਰ ਦਾ ਸਮਰ ਨਿਊਜ਼ ਤੁਹਾਨੂੰ ਇਹੀ ਅਪੀਲ ਕਰਦਾ ਹੈ ਕਿ ਸਰਕਾਰ ਪ੍ਰਸ਼ਾਸਨ ਦਾ ਸਹਿਯੋਗ ਕਰੋ,
ਮਾਸਕ ਜ਼ਰੂਰ ਪਾ ਕੇ ਰੱਖੋ ਅਤੇ ਜਿੰਨਾ ਹੋ ਸਕੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ, ਆਪਣੇ ਹੈਂਡ ਸੈਨੇਟਾਈਜ਼ ਕਰਦੇ ਰਹੋ। ਮੌਨਸੂਨ ਦਾ ਸਮਾਂ ਵੀ ਆ ਚੁੱਕਾ ਹੈ, ਆਪਣੇ ਆਲਾ ਦੁਆਲਾ ਸਾਫ਼ ਰੱਖੋ, ਕਿਉਂਕਿ ਕਰੋਨਾ ਮਹਾਂਮਾਰੀ ਹੋਏ ਜਾਂ ਬਲੈਕ ਫੰਗਸ ਹੋਏ, ਇਹ ਵੀ ਜਿਹੜੇ ਹੈ ਸਾਫ਼ ਸਫਾਈ ਮੰਗਦੇ ਨੇ। ਸੋ ਆਪਣਾ ਆਲਾ ਦੁਆਲਾ ਜ਼ਰੂਰ ਸਾਫ਼ ਰੱਖੋ। ਕੱਲ੍ਹ ਤੋਂ ਫਿਰ ਹਾਜ਼ਰ ਹੋਵਾਂਗੇ ਦੇਸ਼ ਅਤੇ ਦੁਨੀਆ ਦੀਆਂ ਤਮਾਮ ਅਹਿਮ ਖ਼ਬਰਾਂ ਨਾਲ। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।